ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਹਿੰਮਤ ਸੱਚ ਦਿਖਾਉਣ ਦੀ ਸੰਗਰੂਰ ਦੇ ਇੱਕ ਨੇਤਰਹੀਣ ਸਰਕਾਰੀ ਅਧਿਆਪਕ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਦਾ ਮਾਮਲਾ ਉਭਰ ਕੇ ਸਾਹਮਣੇ ਆਇਆ ਹੈ। ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਅਧਿਆਪਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਵੀਡੀਓ ਵਾਇਰਲ ਤੋਂ ਬਾਅਦ ਵੀ ਸੰਗਰੂਰ ਪ੍ਰਸ਼ਾਸਨ ਹਰਕਤ ਵਿੱਚ ਨਹੀਂ ਆਇਆ। ਜੇਕਰ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਇਹ ਕਦਮ ਨਹੀਂ ਚੁੱਕਣਾ ਸੀ। ਅਧਿਆਪਕ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲਈ ਤੇ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਪਹਿਲਾਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਨੂੰ ਰੈਫਰ ਕਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਨੇਤਰਹੀਣ ਅਧਿਆਪਕ ਨੇ ਦੱਸਿਆ ਕਿ ਉਸਦੇ ਕੁਝ ਗਵਾਂਢੀ ਹਨ ਜੋ ਕਿ ਮੌਜੂਦਾ ਸਰਕਾਰ ਦੇ ਵਰਕਰ ਹਨ। ਉਹਨਾਂ ਵੱਲੋਂ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਅਤੇ ਉਹਨਾਂ ਵੱਲੋਂ ਮੈਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਤੇ ਆਖ ਕੇ ਮੈਂ ਇਹ ਖੌਫਨਾਕ ਕਦਮ ਚੁੱਕਿਆ ਹੈ। ਆਓ ਦੇਖਦੇ ਹਾਂ ਪਟਿਆਲਾ ਤੋਂ ਰਣਜੀਤ ਸਿੰਘ ਦੀ ਰਿਪੋਰਟ। ਮੈਂ ਰਮਨਦੀਪ ਗੋਇਲ, ਰਾਮ ਬਸਤੀ ਸਾਹਮਣੇ ਸਿਵਲ ਹਸਪਤਾਲ ਸੰਗਰੂਰ ਦਾ ਵਾਸੀ ਹਾਂ। ਮੈਂ ਸਰਕਾਰੀ ਪ੍ਰਾਇਮਰੀ ਸਕੂਲ ਰਾਮ ਬਸਤੀ ਵਿੱਚ ਬਤੌਰ ਵਿਜ਼ਿਟ ਟੀਚਰ ਸੇਵਾ ਨਿਭਾ ਰਿਹਾ ਹਾਂ। ਮੈਂ 85% ਅੰਸ਼ਕ ਨੇਤਰਹੀਣ ਹਾਂ। ਪਿਛਲੇ ਕੁਝ ਸਮੇਂ ਤੋਂ 5-7 ਬੰਦਿਆਂ ਵੱਲੋਂ ਮੈਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਅੱਜ ਮੈਂ ਇੰਨਾ ਮੈਂਟਲੀ ਹਰਾਸ਼ ਹੋ ਚੁੱਕਿਆ ਹਾਂ ਕਿ ਅੱਜ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਹਾਂ। ਮੈਨੂੰ ਹਰਾਸ਼ ਕਰਨ ਵਾਲਿਆਂ ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਨਵਦੀਪ ਕੌਰ ਸਿੱਧੂ ਅਤੇ ਉਸਦਾ ਘਰਵਾਲਾ ਖੁਸ਼ਵੰਤ ਸਿੱਧੂ ਉਰਫ ਕਾਲਾ, ਇੰਦਰਜੀਤ ਸਿੰਘ ਉਰਫ ਕਾਲਾ, ਯਾਦਵਿੰਦਰ ਸ਼ਾਰਦਾ ਉਰਫ ਗੋਲਡੀ ਅਤੇ ਨੀਰੂ ਹਨ। ਵੋਟਾਂ ਵਿੱਚ ਮੇਰੀ ਡਿਊਟੀ ਸੀਗੀ ਸਕੂਲ ਵਿੱਚ ਅਤੇ ਉੱਥੇ ਮੈਨੇ ਖਾਣੇ ਦਾ ਸਾਰਾ ਪ੍ਰਬੰਧ ਕਰਨਾ ਸੀ ਅਤੇ ਖਾਣੇ ਦੇ ਪ੍ਰਬੰਧ ਸਮੇਂ ਮੈਨੂੰ ਪਿੱਛੋਂ ਹੁਕਮ ਹੋਏ ਕਿ ਤੁਸੀਂ ਛਬੀਲ ਲਾਣੀ ਹੈ ਉੱਥੇ। ਮੈਨੇ ਛਬੀਲ ਦਾ ਸਮਾਨ ਮੈਨੂੰ ਪਿੱਛੋਂ ਆ ਗਿਆ SDM ਦਫ਼ਤਰ ਚੋਂ ਅਤੇ ਛਬੀਲ ਲਾਣੀ ਸੀ ਉੱਥੇ ਅਤੇ ਨਵਦੀਪ ਕੌਰ ਸਿੱਧੂ ਉਸਦੇ ਘਰ ਵਾਲੇ ਖੁਸ਼ਵੰਤ ਸਿੱਧੂ ਅਤੇ ਨੀਰੂ ਵੱਲੋਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਜਾਣ ਬੁੱਝ ਕੇ ਆ ਕੇ ਉੱਥੇ ਮੇਰੇ ਨਾਲ ਲੜਾਈ ਕੀਤੀ ਗਈ ਅਤੇ ਮੈਨੂੰ ਕਿਹਾ ਗਿਆ ਕਿ ਅਸੀਂ ਛਬੀਲ ਨਹੀਂ ਸਕੂਲ ਵਿੱਚ ਲੱਗਣ ਦਿੰਦੇ, ਅਸੀਂ ਛਬੀਲ ਬਾਹਰ ਲੈ ਕੇ ਜਾਵਾਂਗੇ। ਮੇਰੀ ਉੱਥੇ ਸਾਰਿਆਂ ਸਾਹਮਣੇ ਬਹੁਤ ਬੇਇੱਜ਼ਤੀ ਕੀਤੀ ਗਈ ਅਤੇ ਉਸ ਤੋਂ ਬਾਅਦ ਇੰਦਰਜੀਤ ਸਿੰਘ ਕਾਲਾ ਜਿਸਦਾ ਘਰ ਮੇਰੇ ਘਰ ਦੇ ਸਾਹਮਣੇ ਹੀ ਹੈ, ਇਸਨੇ ਪਿਛਲੇ 1.5-2 ਸਾਲ ਤੋਂ ਸਾਡੇ ਘਰ ਦੇ ਸਾਹਮਣੇ ਮਲਬਾ ਸਿੱਟ ਰੱਖਿਆ ਹੈ ਪੂਰੀ ਗਲੀ ਵਿੱਚ ਅਤੇ ਉਸਦੇ ਉੱਤੇ 30-35 ਸਾਲ ਪੁਰਾਣੀ ਕਾਰ ਖੜੀ ਕਰ ਰੱਖੀ ਹੈ। ਇਸ ਨੂੰ ਮੇਰੇ ਮਾਂ ਬਾਪ ਪਿਛਲੇ 1.5-2 ਸਾਲ ਤੋਂ ਕਹਿ ਰਹੇ ਹਨ ਪੁੱਤ ਨਾ ਕਰ, ਸਾਨੂੰ ਉਹ ਔਖਿਆਈ ਹੁੰਦੀ ਹੈ ਕਿ ਮਲਬਾ ਚੱਕ ਲੈ। ਮੇਰੇ ਫਾਦਰ ਕਈ ਵਾਰ ਸਕੂਟਰੀ ਬਾਹਰ ਕੱਢਦੇ ਹੋਏ ਵੀ ਗਿਰ ਗਏ ਹਨ। ਮੇਰੇ ਮਾਂ ਕਈ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਅੰਤ ਜਦੋਂ ਇਸ ਨੇ ਨਾ ਸੁਣੀ ਤਾਂ ਮੇਰੇ ਮਦਰ ਫਾਦਰ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਪੁਲਿਸ ਵਿੱਚ ਵੀ ਇਸ ਨੂੰ ਮਲਬੇ ਨੂੰ ਚੁਕਾਇਆ ਜਾਵੇ। EO ਸਾਹਿਬ ਨੂੰ ਵੀ ਕਿਹਾ ਗਿਆ, ਉਹਨਾਂ ਵੱਲੋਂ ਵੀ ਕੋਈ ਰਿਸਪੋਂਸ ਨਹੀਂ ਦਿੱਤਾ ਗਿਆ ਅਤੇ ਅੰਤ ਪੁਲਿਸ ਨੇ ਮਦਦ ਤਾਂ ਕੀ ਕਰਨੀ ਸੀ, ਆਖਰ ਮਲਬਾ ਨਾ ਚੱਕਿਆ ਜਾਵੇ। ਪਿੱਛੋਂ ਪੂਰਾ ਜ਼ੋਰ ਲਾਇਆ ਗਿਆ ਨਵਦੀਪ ਕੌਰ ਸਿੱਧੂ ਵੱਲੋਂ, ਗਲੀ 'ਚ ਸਾਰਿਆਂ ਸਾਹਮਣੇ ਖੜ ਕੇ ਕਿਹਾ ਗਿਆ ਕਿ ਇਹ ਮਲਬਾ ਮੈਂ ਚੱਕਣ ਨਹੀਂ ਦਿੰਦੀ, ਦੇਖਦਾ ਮੇਰੇ ਹੁੰਦੇ ਕੌਣ ਮਲਬਾ ਚੱਕਦਾ। ਅਤੇ ਪੁਲਿਸ ਤੋਂ ਮੇਰੇ ਮੰਮੀ ਫਾਦਰ ਡੈਡੀ ਤੋਂ ਪੁਲਿਸ ਤੋਂ ਜਾਣ ਕੇ ਬਿਆਨ ਲਿਖਾ ਲਿਆ ਗਿਆ
ਕਿ ਸਾਡੀ ਆਪਸੀ ਸਹਿਮਤੀ ਚੱਲ ਰਹੀ ਹੈ ਰਜਾਮੰਦੀ ਅਤੇ ਮਲਬਾ ਅਸੀਂ ਆਪੇ ਕਰ ਲਵਾਂਗੇ, ਜੋ ਕਿ ਬਿਲਕੁਲ ਝੂਠ ਹੈ। ਅਤੇ ਇਸ ਤੋਂ ਬਾਅਦ ਨਵਦੀਪ ਕੌਰ ਸਿੱਧੂ ਵੱਲੋਂ, ਇੰਦਰਜੀਤ ਸਿੰਘ ਕਾਲਾ ਵੱਲੋਂ ਜਾਣ ਬੁੱਝ ਕੇ ਮੇਰੇ ਖਿਲਾਫ਼ ਪੁਲਿਸ ਦੇ ਵਿੱਚ ਕੰਪਲੇਂਟ ਕੀਤੀ ਗਈ ਕਿ ਇਹ ਬੰਦਾ ਸਾਨੂੰ ਤੰਗ ਕਰਦਾ ਹੈ ਅਤੇ ਮੈਨੂੰ ਥਾਣੇ ਤੋਂ ਵਾਰ ਵਾਰ ਫੋਨ ਕਰਵਾ ਰਹੇ ਹਨ। ਨਵਦੀਪ ਕੌਰ ਸਿੱਧੂ ਆਮ ਆਦਮੀ ਪਾਰਟੀ ਦੀ ਵਰਕਰ ਹੋਣ ਕਰਕੇ ਆਪਣੀ ਪੋਜੀਸ਼ਨ ਦਾ ਗਲਤ ਯੂਜ਼ ਕਰ ਰਹੀ ਹੈ, ਇੱਕ ਅਪਾਹਜ ਇੱਕ ਹੈਂਡੀਕੈਪ ਬੰਦੇ ਨੂੰ ਜਾਣ ਬੁੱਝ ਕੇ ਬਹੁਤ ਤੰਗ ਕਰ ਰਹੀ ਹੈ, ਜਦਕਿ ਇਸਨੇ ਮੈਨੂੰ ਇੰਨਾ ਹਰਾਸ਼ ਕੀਤਾ ਹੈ, ਮੇਰੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਅਤੇ ਇੰਦਰਜੀਤ ਸਿੰਘ ਕਾਲਾ ਵੱਲੋਂ ਜਾਣ ਬੁੱਝ ਕੇ ਉੱਥੇ ਕੰਪਲੇਂਟ ਲਿਖਾਈ ਗਈ ਕਿ ਮੈਂ ਉਸਨੂੰ ਗੋਲੀ ਨਾਲ ਮਾਰਨ ਦੀ ਧਮਕੀ ਦੇ ਰਿਹਾ ਹਾਂ ਅਤੇ ਉਸਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ। ਤੁਸੀਂ ਆਪ ਹੀ ਦੱਸੋ ਕਿ ਮੈਂ ਇੱਕ 85% ਹੈਂਡੀਕੈਪਡ ਹਾਂ ਅੱਖਾਂ ਤੋਂ, ਅਤੇ ਮੈਂ ਕਿਸੇ ਨੂੰ ਕਿਵੇਂ ਕੋਈ ਗੋਲੀ ਮਾਰ ਸਕਦਾ ਹਾਂ। ਬਾਕੀ ਇੰਨਾ ਤੋਂ ਮੈਂ ਅੱਜ ਸਾਰਿਆਂ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਹਾਂ। ਇਸ ਵਿੱਚ ਮੇਰੇ ਸੁਸਾਈਡ ਵਿੱਚ ਮੇਰੇ ਮਾਂ ਪਿਓ ਕਿਸੇ ਦਾ ਕੋਈ ਰੋਲ ਨਹੀਂ ਹੈ, ਉਹਨਾਂ ਦਾ ਕੁਛ ਵੀ ਦੋਸ਼ ਨਹੀਂ ਹੈ। ਇੰਦਰਜੀਤ ਸਿੰਘ ਕਾਲਾ, ਨਵਦੀਪ ਕੌਰ ਸਿੱਧੂ, ਉਸਦਾ ਘਰ ਵਾਲਾ ਖੁਸ਼ਵੰਤ ਸਿੱਧੂ, ਯਾਦਵਿੰਦਰ ਸ਼ਾਰਦਾ ਉਰਫ ਗੋਲਡੀ, ਸਭ ਇਹਨਾਂ ਦਾ ਹੀ ਰੋਲ ਹੈ ਜੋ ਮੈਨੂੰ ਪਿਛਲੇ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਹੇ ਹਨ, ਮੇਰੇ ਪਿੱਛੇ ਪਏ ਹੋਏ ਹਨ ਕਿ ਇਹਨੂੰ ਨੌਕਰੀ ਤੋਂ ਕਢਵਾ ਦੇਵਾਂਗੇ, ਇਹਨੂੰ ਐਂ ਕਰ ਦੇਵਾਂਗੇ। ਮੈਨੂੰ ਅੰਨਾ ਅੰਨਾ ਕਹਿ ਕੇ ਵੀ ਇਹਨਾਂ ਵੱਲੋਂ ਲੋਕਾਂ ਵਿੱਚ ਦੱਸਿਆ ਜਾਂਦਾ ਹੈ। ਤੋ ਮੇਰੀ ਮੌਤ ਦੇ ਜ਼ਿੰਮੇਵਾਰ ਮੇਰੀ ਵੀਡੀਓ ਵਿੱਚ ਲਏ ਜਿਨ੍ਹਾਂ ਦਾ ਨਾਮ ਲਿਆ ਗਿਆ ਹੈ ਉਹ ਹੀ ਹੋਣਗੇ। ਕੀ ਚੱਕਰ ਹੋਇਆ ਵੀਰੇ, ਕਿ ਕਿਹਦੇ ਕਰਕੇ ਦੁਖੀ ਹੋ ਗਏ ਤੁਸੀਂ ਜਿਹੜੀ ਫਰਨੈਲ ਦੀ? ਮੇਰਾ ਨਾਮ ਰਮਨਦੀਪ ਗੋਇਲ ਹੈ, ਮੈਂ ਸਰਕਾਰੀ ਪ੍ਰਾਇਮਰੀ ਸਕੂਲ ਰਾਮ ਬਸਤੀ ਵਿੱਚ ਡਿਊਟੀ ਲਗਾ ਰਿਹਾ। ਉੱਥੇ ਇਲੈਕਸ਼ਨ ਵਿੱਚ ਮੇਰੀ ਡਿਊਟੀ ਸੀ ਉੱਥੇ ਸਾਰੇ ਥਾਣਿਆਂ ਦਾ ਪ੍ਰਬੰਧ ਕਰਨ ਦੀ, ਅਤੇ ਇੱਕ ਦਿਨ ਪਹਿਲਾਂ SDM ਸਾਹਿਬ ਵੱਲੋਂ ਆਇਆ ਵੀ ਛਬੀਲ ਲਾਣੀ ਆ ਤੁਸੀਂ ਉੱਥੇ, ਅਤੇ ਛਬੀਲ ਲਈ ਸਮਾਨ ਆ ਗਿਆ। ਛਬੀਲ ਲਈ ਮੈਂ ਜਦੋਂ ਛਬੀਲ ਦਾ ਬੰਦੋਬਸਤ ਕਰਨਾ ਸੀ, ਉੱਥੇ ਆਮ ਆਦਮੀ ਪਾਰਟੀ ਦੀ ਵਰਕਰ ਨਵਦੀਪ ਕੌਰ ਸਿੱਧੂ, ਉਹਦਾ ਘਰ ਵਾਲਾ ਖੁਸ਼ਵੰਤ ਸਿੱਧੂ ਅਤੇ ਨੀਰੂ ਨੇ ਆ ਕੇ ਮੈਨੂੰ ਉੱਥੇ ਤੰਗ ਪਰੇਸ਼ਾਨ ਕੀਤਾ, ਲੜਾਈ ਕੀਤੀ ਕਿ ਜੀ ਛਬੀਲ ਨਹੀਂ ਲੱਗਣ ਦਿੰਦੇ, ਫਿਰ ਉਹ ਬਾਹਰ ਕੱਢਾਂਗੇ, ਬਹੁਤ ਬੋਲ ਰਿਹਾ ਮੈਨੂੰ ਉੱਥੇ। ਮੈਂ 85% ਅੰਸ਼ਕ ਨੇਤਰਹੀਣ ਹਾਂ, ਅਤੇ ਉਸ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਮੈਨੂੰ ਤੰਗ ਪਰੇਸ਼ਾਨ ਕੀਤਾ। ਸਾਡੇ ਘਰ ਦੇ ਸਾਹਮਣੇ ਇੰਦਰਜੀਤ ਸਿੰਘ ਕਾਲਾ ਨਾਂ ਦਾ ਵਿਅਕਤੀ ਹੈ, ਉਹਨੇ ਪਿਛਲੇ 1.5-2 ਸਾਲਾਂ ਤੋਂ ਘਰ ਦੇ ਮੂਹਰੇ ਮਲਬਾ ਸਿੱਟ ਰੱਖਿਆ ਅਤੇ ਉੱਤੇ ਗੱਡੀ ਖੜ੍ਹੀ ਕਰ ਰੱਖੀ ਹੈ 30-35 ਸਾਲ ਪੁਰਾਣੀ, ਅਤੇ ਉਹਨੂੰ ਮੰਮੀ ਡੈਡੀ ਮੇਰੇ ਬਜ਼ੁਰਗ ਨੇ ਉਹਨੂੰ ਕਿੰਨੇ ਵਾਰ ਕਿਹਾ ਕਿ ਪੁੱਤ ਚੱਕ ਲੈ ਮਲਬਾ, ਮੈਂ ਸਕੂਟਰੀ ਕੱਢਦਾ ਗਿਰ ਜਾਂਦਾ, ਇੰਨਾ ਪਰੇਸ਼ਾਨ ਹੋ ਰਿਹਾ। ਅਤੇ ਉਹਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਮੇਰੀ ਜਗ੍ਹਾ ਤੁਸੀਂ ਆਪਣੇ ਘਰ ਮੂਹਰੇ ਪਾਰੋ ਸਾਰਾ ਕਰ ਲਓ। ਅਤੇ ਉਹਦੇ 'ਚ ਜਦੋਂ EO ਸਾਹਿਬ ਨੂੰ ਵੀ ਕੰਪਲੇਂਟ ਕੀਤੀ, ਉਹਨਾਂ ਨੇ ਵੀ ਨਹੀਂ ਕੁਛ ਕੀਤਾ ਮਲਬੇ ਦਾ, ਅਤੇ ਪੁਲਿਸ 'ਚ ਕੰਪਲੇਂਟ ਕੀਤੀ ਤਾਂ ਉਹਨਾਂ ਵੱਲੋਂ ਵੀ ਲਿਖਾ ਲਿਆ ਮੰਮੀ ਡੈਡੀ ਤੋਂ ਵੀ ਇਹ ਅਸੀਂ ਆਪਸੀ ਰਜਾਮੰਦੀ ਦਾ ਕਰ ਲਵਾਂਗੇ, ਜਦਕਿ ਕੋਈ ਰਜਾਮੰਦੀ ਨਹੀਂ। ਅਤੇ ਇਸ ਤੋਂ ਬਾਅਦ ਨਵਦੀਪ ਕੌਰ ਸਿੱਧੂ ਵੱਲੋਂ ਜਾਣ ਬੁੱਝ ਕੇ ਉੱਤੇ ਥਾਣੇ 'ਚ ਮੇਰੇ ਖਿਲਾਫ਼ ਕੰਪਲੇਂਟ ਲਿਖਾਤੀ ਵੀ ਇਹ ਮੈਨੂੰ ਗਾਲਾਂ ਕੱਢਦਾ, ਤੰਗ ਕਰਦਾ, ਅਤੇ ਉਹਨੇ ਲਿਖਾਈ। ਉਸ ਤੋਂ ਬਾਅਦ ਇੰਦਰਜੀਤ ਸਿੰਘ ਕਾਲਾ ਨਾਂ ਦੇ ਵਿਅਕਤੀ ਨੇ ਵੀ ਮੇਰੇ ਖਿਲਾਫ਼ ਕੰਪਲੇਂਟ ਲਿਖਾਤੀ ਜਾਣ ਬੁੱਝ ਕੇ ਵੀ ਮੈਨੂੰ ਜਾਤੀ ਸੂਚਕ ਸ਼ਬਦ ਬੋਲਦਾ ਅਤੇ ਮੈਨੂੰ ਕਹਿੰਦਾ ਮੈਂ ਗੋਲੀ ਮਾਰ ਕੇ ਤੈਨੂੰ ਮਾਰ ਦੂੰਗਾ। ਮੈਂ 85% ਨੇਤਰਹੀਣ ਹਾਂ। ਹਾਂਜੀ, ਨਵਦੀਪ ਕੌਰ ਸਿੱਧੂ ਗਲੀ 'ਚ ਸ਼ਰੇਆਮ ਕਹਿੰਦੀ ਹੈ
ਕਿ ਮੈਂ ਮਲਵਾਨੀ ਚੱਕਣ ਦਿੰਦੀ ਦੇਖਦੀ ਹਾਂ ਮੇਰੇ ਹੁੰਦੇ ਕੌਣ ਚੱਕਦਾ ਮਲਦਾ ਉਰੋਂ। ਹਾਂਜੀ, ਨਰਾਇਣ ਦਾਸ ਗੋਇਲ, ਮੈਂ ਰਾਮ ਬਸਤੀ ਮਤਲਬ ਹਸਪਤਾਲ ਦੇ ਸਾਹਮਣੇ ਗਲੀ ਨੰਬਰ 6 ਦੇ ਵਿੱਚ ਰਹਿੰਦਾ। ਉਹ ਦੱਸ ਦਿਓ, ਉਹ ਮੇਰੇ ਬੇਟੇ ਨੇ, ਛੋਟਾ ਬੇਟਾ ਮੇਰਾ, ਉਹਦਾ ਰਮਨਦੀਪ ਗੋਇਲ ਹੈ। ਇਹ ਮਸਲਾ ਜੀ, ਸਾਡੇ ਘਰ ਦੇ ਸਾਹਮਣੇ ਮਲਬਾ ਸਿੱਟਿਆ ਪਿਆ, ਉਹਦੇ ਉੱਪਰ ਪੁਰਾਣੀ ਗੱਡੀ ਖੜ੍ਹਾ ਰੱਖਿਆ, ਇੰਦਰਜੀਤ ਕਾਲਾ ਮਨੀਮ ਲੱਗਿਆ ਹੋਇਆ ਆੜ੍ਹ ਦੀ ਦੁਕਾਨ 'ਤੇ। ਉਹਨੂੰ ਅਸੀਂ ਬਹੁਤ ਵਾਰੀ ਕਹਿਤਾ, ਬੇਟੇ ਤੂੰ ਇਹਨੂੰ ਚੱਕ ਲੈ, ਜੇ ਤੇਰੇ ਤੇਰੇ ਪੈਸੇ ਖਰਚੋ ਮੈਂ ਦੇ ਦੂੰਗਾ, ਤੇਰੇ ਪੈਸੇ ਵੀ ਮੈਂ ਦੇ ਦੂੰਗਾ, ਕੋਈ ਐਡੀ ਗੱਲ ਨਹੀਂ ਹੈਗੀ। ਉਹ ਨਹੀਂ ਮੰਨਿਆ ਜੀ, ਕਿਸੇ 2 ਸਾਲ ਹੋ ਗਏ ਚੱਲਦੇ ਨੂੰ, ਉਹ ਮੰਨ ਅਖੀਰ 'ਚ ਅਸੀਂ ਪਿੱਛੇ 7 ਤਰੀਕ ਨੂੰ ਅਰਜ਼ੀ ਦੇ ਦਿੱਤੀ, ਭੇਜਤੀ ਅਰਜ਼ੀ, ਇਹਦੇ ਵਾਸਤੇ ਮੇਰੀ ਮਿਸਿਜ ਵੱਲੋਂ ਭੇਜੀ, ਮੈਂ ਵੀ ਨਹੀਂ ਆਪਣੇ ਨਾਂ ਤੋਂ, ਉਹਨੇ ਭੇਜੀ ਸ਼ਸ਼ੀ ਵੱਲ ਉਹਦਾ ਨਾਂ, ਉਹਨੇ ਅਰਜ਼ੀ ਭੇਜਤੀ, ਉਹ ਚੱਕ ਕੇ ਅੱਗੇ ਈਓ ਕੋਲ ਚਲੀ ਗਈ ਸਾਰਾ ਕੁਛ। ਈਓ ਨੇ ਇੱਕ ਨੋਟਸ ਕੱਢ ਕੇ ਉਹਨੂੰ ਕਹਿ ਚੁੱਪ ਕਰ ਗਿਆ, ਈਓ ਨੇ ਕੋਈ ਮਲਬਾ ਨਹੀਂ ਚੁਕਾਇਆ, ਕੋਈ ਗੱਡੀ ਨਹੀਂ ਚੁਕਾਈ। ਇਨ ਦੀ ਮੇਨ ਟਾਈਮ ਅਸੀਂ ਅੱਗੋਂ ਪਿੱਛੋਂ ਜੋ ਕੀਤਾ ਨਹੀਂ ਕੁਛ, ਅਸੀਂ ਚਲੇ ਗਏ DC ਸਾਹਿਬ ਕੋਲ, DC ਸਾਹਿਬ ਹੈ ਨਹੀਂ ਸੀ, ਕੋਈ ADC ਕੋਲ ਚਲੇ ਗਏ। ADC ਸਾਹਿਬ ਨੇ ਮਾਰ ਕਰਤੀ SSP ਨੂੰ ਅਰਜ਼ੀ, SSP ਵੱਲੋਂ ਹੋ ਕੇ ਅੱਗੇ ਆ ਗਈ SHO City 1 ਸੰਗਰੂਰ ਕੋਲ। ਉਹ ਇੱਕ ਦੋ ਵਾਰੀ ਮੌਕਾ ਦੇਖ ਕੇ ਗਏ ਆ ਕੇ, ਇੱਕ ਦੋ ਵਾਰੀ ਵਿੱਚ ਦੀ ਜਦੋਂ ਖੜ੍ਹੇ ਸੀ, ਤੂੰ ਤੂੰ ਮੈਂ ਹੋ ਗਈ ਮਾੜੀ ਮੋਟੀ ਗੱਲ ਪਿੱਛੇ ਮੁਹੱਲੇ 'ਚ। ਉਹ ਗੱਲ ਤੋਂ ਬਾਅਦ ਫਿਰ ਇੱਕ ਦਿਨ ਆ ਗਿਆ SHO ਆ ਗਿਆ ਉੱਥੇ ਦੇਖਣ ਬਾਅਦ, ਉਹ ਮੈਨੂੰ ਕਹਿੰਦਾ ਤੁਸੀਂ ਸਿਆਣੇ ਹੋ ਜੀ, ਤੁਸੀਂ ਨਿਬੇੜ ਦਿਓ, ਫੈਸਲਾ ਕਰ ਲਓ। ਮਹਾਂ ਜੀ ਤੁਸੀਂ ਕਰਵਾ ਦਿਓ, ਜਿਵੇਂ ਕਰਵਾਉਣਾ ਸੀ ਤਾਂ ਉਵੇਂ ਕਰਨ ਨੂੰ ਤਿਆਰ ਹਾਂ, ਮੈਂ ਕਿਹਾ ਜੋ ਵੀ ਕਹੋਗੇ ਉਵੇਂ ਕਰ ਦਿਆਂਗੇ। ਉਹ ਕਹਿੰਦਾ ਤੁਸੀਂ ਸਿਆਣੇ ਕਰ ਦਿਓ, ਮੈਂ ਕਰਾ ਦਿਓ ਸਮਝੌਤਾ ਜੀ, ਚਲੋ ਇਹ ਕਰਕੇ ਤੂੰ ਬਲਬਾ ਚੱਕ ਲਈ, ਤੂੰ ਦੇਹੜੀ ਢਾ ਲਈ, ਤੂੰ ਐਂ ਕਰ ਲਈ, ਚਲੋ ਨਿਬੜ ਗਿਆ ਕੰਮ। ਫਿਰ ਮੈਨੂੰ ਥਾਣੇ 'ਚ ਬੁਲਾ ਲਿਆ ਇੱਕ ਦਿਨ, ਬੁਲਾ ਕੇ ਕਹਿੰਦੇ ਜੀ ਲਿਖ ਕੇ ਦਿਓ ਸਮਝੌਤਾ। ਹੁਣ ਉਹਨਾਂ ਨੇ ਸਾਡੇ ਤੋਂ ਲਿਖਾ ਲਿਆ ਵੀ ਸਾਡੀ ਸਮਝੌਤੇ ਦੀ ਗੱਲ ਚੱਲ ਰਹੀ ਹੈ ਅਤੇ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ, ਜੇ ਕੋਈ ਜ਼ਰੂਰਤ ਪਈ ਤਾਂ ਅਸੀਂ ਬਾਅਦ 'ਚ ਅਰਜ਼ੀ ਦੇ ਕੇ ਕਾਰਵਾਈ ਕਰਵਾ ਲਵਾਂਗੇ। ਉਹ ਕੰਮ ਖਤਮ ਹੋ ਗਿਆ ਤਾਂ ਨਿਸ਼ਚਿੰਤ ਹੋ ਕੇ ਬਹਿ ਗਏ ਵੀ ਠੀਕ ਹੈ। ਇਸ ਤੋਂ ਬਾਅਦ ਨਾਲ ਦੀ ਨਾਲ ਇੱਕ ਨਵਦੀਪ ਕੌਰ ਉੱਥੇ ਆਮ ਆਦਮੀ ਦੀ ਵਰਕਰ ਹੈ, ਨਾਲ ਗੁਆਂਢ 'ਚ ਘਰ ਹੈ, ਉਹਦੀ ਮਦਦ ਕਰਦੀ ਸੀ ਇੰਦਰਜੀਤ ਕਾਲੇ ਦੀ। ਇੱਕ ਉਹਨੇ ਅਰਜ਼ੀ ਦੇ ਦਿੱਤੀ, ਇਹਨੇ ਮੈਨੂੰ ਅਵਾ ਤਵਾ ਬੋਲਿਆ, ਮੈਨੂੰ ਗਾਲਾਂ ਕੱਢੀਆਂ ਨੇ ਰਮਨਦੀਪ ਨੇ, ਅਤੇ ਇੱਕ ਕਾਲਾ ਇੰਦਰ ਉਹ ਕਹਿੰਦਾ ਮੈਨੂੰ ਚਾਤੀ ਸੂਚਕ ਸ਼ਬਦ ਬੋਲੇ ਨੇ ਜੀ ਇਹਨੇ, ਉਹਨੇ ਥਾਣੇ 'ਚ ਅਰਜ਼ੀ। ਜਦੋਂ 4-5 ਦਿਨ ਹਫ਼ਤੇ ਤੁਸੀਂ ਥਾਣੇ 'ਚ ਤੁਰੇ ਫਿਰਦੇ ਹਾਂ, ਬਿਠਾ ਲੈਂਦੇ ਨੇ, ਆ ਜਾਂਦੇ ਹਾਂ, ਬਿਠਾ ਲੈਂਦੇ ਆ ਜਾਂਦੇ ਹਾਂ, ਹੈਂਜੀ ਜਲੀਲ ਕਰਦੇ ਨੇ, ਮਤਲਬ ਤੇਰੀ ਨੌਕਰੀ ਵਗ ਜੂਗੀ ਤੇਰਾ। ਉਹ ਸਰਕਾਰੀ ਟੀਚਰ ਲੱਗਿਆ ਹੋਇਆ, ਉਹ 85% ਬਲਾਇੰਡ ਬੰਦਾ, ਉਹ ਉਹਨੂੰ ਦੇਖਦਾ ਨਹੀਂ, ਡਿਪਰੈਸ਼ਨ ਦਾ ਮਰੀਜ਼ ਹੈ ਉਹ, ਇਸ ਕਰਕੇ ਉਹ ਦੁਖੀ ਹੋ ਗਿਆ, ਕਹਿੰਦਾ ਇਹਦੇ ਨਾਲ ਤਾਂ ਮਰਨਾ ਹੀ ਚੰਗਾ। ਇੰਨਾ ਉੱਤੇ ਨਿਰਭੈ ਸਿੰਘ ASI ਹੈ ਜੀ, ਉਹਦੇ ਕੋਲ ਜਾ ਗਏ ਹਾਂ 3-4 ਵਾਰੀ ਜਾਏ, ਹੁਣ ਵੀ ਸਾਨੂੰ ਕੱਲ੍ਹ ਨੂੰ ਐਤਵਾਰ ਨੂੰ ਬੁਲਾਇਆ ਹੋਇਆ 4 ਵਜੇ। ਅਸੀਂ ਤਾਂ ਮੰਗ ਕੀ, ਸਾਡੀ ਤਾਂ ਪਹਿਲਾਂ ਵੀ ਮਲਬਾ ਚੁਕਾਉਣ ਦੀ ਮੰਗ ਸੀਗੀ ਉਹ, ਅਤੇ ਬਾਕੀ ਜਿਹੜੇ ਬੰਦੇ ਤੰਗ ਕਰਦੇ ਨੇ, ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ। ਕਿਹਨੂੰ ਤੁਸੀਂ ਮੁੱਖ ਦੋਸ਼ੀ ਮੰਨਦੇ ਹੋ ਕਿ ਭਾਈ ਇਹਦੇ ਕਰਕੇ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ? ਇੱਕ ਤਾਂ ਇੰਦਰਜੀਤ ਹੈ ਮੇਨ ਬੰਦਾ, ਤਾਂ ਇੰਦਰਜੀਤ ਕਾਲਾ, ਫਿਰ ਨਵਦੀਪ ਕੌਰ ਹੈ, 2 ਬੰਦੇ ਹੋ ਗਏ। ਕੀ ਪੁਲਿਸ ਦਾ ਵੀ ਵਿੱਚ ਤੁਹਾਨੂੰ ਲੱਗਦਾ ਕਿ ਉਨਾ ਹੀ ਯੋਗਦਾਨ ਹੈ ਕਿ ਕੋਈ ਬਿਨਾਂ ਮਤਲਬ? ਦੇਖੋ ਜੀ, ਪੁਲਿਸ ਦਾ ਆਪਾਂ ਕੁਛ ਨਹੀਂ ਕਹਿ ਸਕਦੇ ਵੀ ਯੋਗਦਾਨ ਹੈ ਜਾਂ ਨਹੀਂ, ਹੁਣ ਆਪਾਂ ਤਾਂ ਅਰਜ਼ੀ ਦਿੱਤੀ ਹੈ ਵੀ ਪ੍ਰਸ਼ਾਸਨ ਕੁਛ ਕਰੇ, ਕਰਦੇ ਹੀ ਨਹੀਂ ਕੋਈ ਕੁਛ, ਕੋਈ ਬੰਦਾ ਕੁਛ ਨਹੀਂ ਕਰ ਰਿਹਾ, ਜਿੰਨੀਆਂ ਮਰਜ਼ੀਆਂ ਅਰਜ਼ੀਆਂ ਦੇਈ ਚੱਲੋ, ਪ੍ਰਸ਼ਾਸਨ ਫੇਲ ਹੈ ਸਾਡੇ ਹਿਸਾਬ ਨਾਲ। ਇਹ ਘਰ ਪੀਤੀ ਹੈ ਜੀ, ਇਹ ਸਕੂਲ 'ਚੋਂ ਛੁੱਟੀ ਲੈ ਰੱਖੀ ਹੈ ਇਹਨੇ, ਕੱਲ੍ਹ ਵੀ ਛੁੱਟੀ 'ਤੇ ਰਿਹਾ, ਅੱਜ ਵੀ ਡਿਪਰੈਸ਼ਨ ਦੇ ਵਿੱਚ ਪਿਆ ਰਿਹਾ, ਚੁੱਪ ਕਰਕੇ ਛੋਟਾ ਜਿਹਾ ਚਵਾਰਾ ਸਾਡਾ ਉੱਥੇ ਬਹਿ ਗਿਆ, ਮੈਂ ਤਾਂ ਡੈਡੀ ਉੱਥੇ ਬੈਠਦਾ ਕੰਪਿਊਟਰ ਰੂਮ 'ਚ। ਤੁਹਾਨੂੰ ਕਿੱਦਾਂ ਪਤਾ ਲੱਗਿਆ? ਮੈਂ ਤਾਂ ਸੌਦਾ ਪੱਤਾ ਲੈਣ ਵਗਿਆ ਘਰ ਦਾ ਬਾਹਰ, ਮੈਂ ਜਦੋਂ ਆਇਆ, ਪੋਤਾ ਮੇਰਾ ਛੋਟਾ 10 ਕੁ ਸਾਲ ਦਾ, ਉਹ ਉੱਥੇ ਉਹਨੂੰ ਉਹਦੇ ਕੋਲ ਉਹਨੇ ਵੀਡੀਓ ਪਾ ਕੇ ਉਹਦੇ ਮੋਬਾਈਲ 'ਤੇ ਆਪਦੇ 'ਤੇ ਪਾਤੀ, ਕਹਿੰਦਾ ਜੀ ਫੇਸਬੁੱਕ 'ਤੇ ਪਾਤੀ ਲਾਈਵ ਹੋ ਕੇ, ਕਹਿੰਦੇ ਮੈਂ ਮਰਨ ਲੱਗਿਆ, ਇਹਨਾਂ ਕਰਕੇ ਮਰ ਰਿਹਾ ਮੈਂ, ਇਹਨਾਂ ਬੰਦਿਆਂ ਕਰਕੇ।
ਡਾਕਟਰ ਸੁਖਪਾਲ ਕੌਰ। ਹਾਂਜੀ, ਸਸਪੈਕਟਿਡ ਪੋਇਜ਼ਨਿੰਗ ਨਾਲ ਸਾਡੇ ਕੋਲ ਕੇਸ ਆਇਆ ਸੀ ਅਤੇ ਅਸੀਂ ਇਹਨਾਂ ਦੀ ਐਡਮਿਟ ਕਰਕੇ ਫਾਈਲ ਬਣਾਈ, ਫਿਰ ਇਹਨਾਂ ਦਾ ਟ੍ਰੀਟਮੈਂਟ ਜੋ ਸੀਗਾ ਉਹ ਆਪਾਂ ਕਰ ਰਹੇ ਹਾਂ। ਹਾਂਜੀ, ਹੁਣ ਪੇਸ਼ੈਂਟ ਦੀ ਹਾਲਤ ਠੀਕ ਹੈ, ਪਹਿਲਾਂ ਤੋਂ ਸੁਧਾਰ ਹੈ ਉਹਦੇ ਵਿੱਚ, ਅਤੇ ਜਿਹੜਾ ਹੈਗਾ ਅਸੀਂ ਬੰਦ ਦੀ ਪ੍ਰਾਇਮਰੀ ਟ੍ਰੀਟਮੈਂਟ ਦੇ ਕੇ ਅੱਗੇ ਰਜਿੰਦਰਾ ਹਸਪਤਾਲ ਔਨ ਰਿਕੁਐਸਟ ਪੇਸ਼ੈਂਟ ਨੂੰ ਰੈਫਰ ਕੀਤਾ। ਪੇਸ਼ੈਂਟ ਦੇ ਕਹਿਣ ਮੁਤਾਬਕ ਫਿਨਾਈਲ ਉਹਨਾਂ ਨੇ ਪੀ ਕੇ ਆਏ ਸੀਗੇ ਅਤੇ ਉਸ ਤੋਂ ਬਾਅਦ ਅਸੀਂ ਜੋ ਪ੍ਰਾਇਮਰੀ ਟ੍ਰੀਟਮੈਂਟ ਸੀਗਾ ਉਹ ਕੀਤਾ। ਪੁਲਿਸ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਮੈਡੀਕਲ ਸਪੈਸ਼ਲਿਸਟ ਵੱਲੋਂ ਦੇਖ ਲਿਆ ਗਿਆ ਪੇਸ਼ੈਂਟ ਨੂੰ ਅਤੇ ਜੋ ਬਾਂਡੀ ਟ੍ਰੀਟਮੈਂਟ ਹੈਗੀ ਹੈ ਉਹ ਅਸੀਂ ਕਰ। ਹਾਂਜੀ, ਔਨ ਰਿਕੁਐਸਟ, ਪੇਸ਼ੈਂਟ ਦੀ ਰਿਕੁਐਸਟ 'ਤੇ। ਇੱਕ ਅੱਜ ਹੋਸਪਿਟਲ 'ਚ ਕੇਸ ਆਇਆ ਜਿਸ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਮਸਲਾ ਸੀਗਾ ਜੀ ਸਰ? ਇਹ ਇੱਕ ਮਾਸਟਰ ਨੇ, ਮੈਂ ਹਜੇ ਨਾਂ ਪੁੱਛਿਆ ਨਹੀਂ, ਹਜੇ ਮੈਂ ਆਈ ਹਾਂਗਾ, ਬੱਚਾ ਰਮਨ ਗੋਇਲ, ਹਾਂਜੀ ਅਮਨ ਗੋਇਲ ਜੀ ਦਾ ਹੈਗਾ। ਇਹਨਾਂ ਦਾ ਇੱਕ ਇਹਨੇ ਦਰਵਾਜ਼ੇ 'ਚ ਗੱਡੀ ਖੜਦੀ, ਉਹ ਮਸਲਾ ਸੀਗਾ, ਦਰਖਾਸਤ ਆਈ ਸਾਡੇ ਕੋਲ ਅਤੇ ਅਸੀਂ, ਮੈਂ ਘਰ ਵੀ ਜਾ ਕੇ ਆਇਆ ਸੀਗਾ, ਦੋਨੇ ਤਰ੍ਹਾਂ ਸੈਟਿਸਫਾਈਡ ਹੋ ਗਿਆ ਸੀਗਾ। ਅੱਛਾ, ਬਾਅਦ 'ਚ ਕੋਈ ਦੋਨੇ ਤਰ੍ਹਾਂ ਦਰਖਾਸਤਬਾਜ਼ੀ ਹੋਈ ਵੀ ਸੀਗੀ, ਉਹ ਦਰਖਾਸਤ ਦੇ ਸੰਬੰਧ 'ਚ ਉਹ ਥਾਣੇ ਬੁਲਾਏ ਸੀਗੇ। ਅੱਛਾ, ਅਤੇ ਉਸ ਸੰਬੰਧ ਦੇ ਵਿੱਚ ਇਹ ਮੇਰੇ ਖਿਆਲ 'ਚ ਬੱਚੇ ਨੂੰ ਕੋਈ ਜਿਹੜਾ ਹੈਗਾ ਉਹ ਕਹਿ ਰਹੇ ਫਨੈਲ ਪੀਤੀ ਆ। ਕੋਈ ਇੱਕ ਵੀਡੀਓ ਵੀ ਵਾਇਰਲ ਕਰ ਰਹੇ ਹੋਈ ਹੈ ਜਿਹਨੇ, ਉਹ ਮੈਂ ਹਜੇ ਚੈੱਕ ਕਰਨੀ ਆ, ਮੈਂ ਦੇਖ ਰਿਹਾ। ਸਰ, ਮਸਲੇ ਦੀ ਗੱਲ ਕਰੀ ਜਾਵੇ ਤਾਂ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਦਾ ਨਾਮ ਆ ਰਿਹਾ, ਕਹਿੰਦੇ ਕਿ ਉਹਦੀ ਸ਼ਹਿ 'ਤੇ ਮਤਲਬ ਕਿ ਪੁਲਿਸ ਕਾਰਵਾਈ ਨਹੀਂ ਕਰਨੀ? ਨਹੀਂ, ਕਿਸੇ ਵੀ ਮੇਰੇ ਹਜੇ ਤੱਕ ਇਹ ਮਾਮਲੇ ਵਿੱਚ ਕਿਸੇ ਵੀ ਨਾ ਕਿਸੇ ਆਪ ਲੀਡਰ ਦਾ, ਨਾ ਕਿਸੇ ਹੋਰ ਪਾਰਟੀ ਦੇ ਕਿਸੇ ਲੀਡਰ ਦਾ, ਕਿਸੇ ਦਾ ਵੀ ਫੋਨ ਨਹੀਂ ਆਇਆ।